ਇੱਕ ਬੇਨਤੀ ਹੈ ਸਾਰੀ ਸੰਗਤ ਦੇ ਚਰਨਾਂ ਵਿੱਚ ਪੰਥ ਦੇ ਮੰਗੇ ਪੈਰ ਹਮਾਇਤ ਕਰਨੀ ਹੈ ਮੰਗੇ ਪੈਰ ਝੁੰਡਾ ਕੱਢ ਕੇ ਨਹੀਂ ਜਿਵੇਂ ਕਈ ਵਾਰ ਇਹ ਭਾਈ ਝੁੰਡ ਕੱਢ ਲੈਂਦੇ ਨੇ ਕਿਸੇ ਨੂੰ ਮਦਦ ਕਰਨੀ ਪਵੇ ਕਿ ਮੌਕੇ ਤੇ ਕਰਦੇ ਨੇ ਪ੍ਰਤੱਖ ਨਾ ਸਾਹਮਣੇ ਮੈਂ ਗੱਲ ਕਰਾਂ ਕਿਸੇ ਦੇ ਇਸ ਤਰ੍ਹਾਂ ਨਹੀਂ ਕਰਨੀ ਝੁੰਡ ਚੁੱਕ ਕੇ ਪੰਥ ਦੀ ਮਦਦ ਕਰਨੀ ਹੈ ਡੱਟ ਕੇ ਕੇਸਰੀ ਨਿਸ਼ਾਨ ਅੱਛਾ ਜੀ ਕੇਸਰੀ ਨਿਸ਼ਾਨ ਸਾਹਿਬ ਦੇ ਰਹਿਣਾ ਥੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਪੂਜਣਾ ਨਹੀਂ ਅਕਾਲ ਪੁਰਖ ਸਾਹਿਬ ਤੇ ਹਰਿਮੰਦਰ ਸਾਹਿਬ ਤੋਂ ਦੂਰ ਨਹੀਂ ਹੋਣਾ ਪਰ ਇਹਦੇ ਵਿੱਚ ਇੱਕ ਨੁਕਤਾ ਜ਼ਰੂਰ ਚੇਤੇ ਰੱਖਿਓ ਤੇ ਮੈਂ ਕਿਹਾ ਕਹਿੰਦਾ ਪੰਡਾਰਾ ਕਹਿੰਦਾ ਪੈਸੇ ਹਮਾਇਤ ਕਰਨੀ ਹੈ ਠੀਕ ਹੈ ਜੋ ਮਰਜ਼ੀ ਖੜੇ ਦੇ ਹਮਾਇਤ ਦੀ ਹਮਾਇਤ ਹੈ ਇਹਦੇ ਚ ਇੱਕ ਗੱਲ ਚੇਤੇ ਰੱਖਣੀ ਜ਼ਰੂਰੀ ਕੇਸਰੀ ਨਿਸ਼ਾਨ ਸਾਹਿਬ ਦਾ ਮਾਣ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਾਸਤਾ ਪਾ ਕੇ ਪੰਥ ਦੇ ਨਾਂ ਦੀ ਡਬਦੀ ਖੜਕਾ ਕੇ ਹੁਕਮਨਾਮੇ ਦੀ ਉਲੰਘਣਾ ਕਰਕੇ ਸ਼ਹੀਦਾਂ ਦੇ ਖੂਨ ਪੀ ਕੇ ਨਰਕ ਧਾਰੀਆਂ ਨੂੰ ਬਾਪੂ ਕਹਿ ਕੇ ਉਹਨਾਂ ਤੋਂ ਵੋਟਾਂ ਲੈ ਕੇ ਕੋਸੀ ਨੂੰ ਕਾਇਮ ਜਿਨ੍ਹਾਂ ਨੇ ਰੱਖੇ ਜਾਂ ਰੱਖਣ ਦੇ ਇੱਛ ਕੇ ਰਹੇ ਨੂੰ ਉਹਨਾਂ ਤੋਂ ਬਚ ਕੇ ਰਹੇ